ਅਸਲਾਮੁਅਲੈਕੁਮ ਸਾਰੇ ਦੋਸਤਾਂ ਦਾ ਕੀ ਹਾਲ ਚਾਲ ਆ ਜੀ। ਉਮੀਦ ਕਰਦਾ ਸਾਰੇ ਭਰਾ ਵਧੀਆ ਹੋਵੋਗੇ ਜੀ। ਮੈਂ ਤੁਹਾਡਾ ਬਾਈ ਸੁਫੀਆਨ ਗਿੱਲ ਜੀ, ਤੁਸੀਂ ਦੇਖ ਰਹੇ ਹੋ ਟਰੈਕਟਰ ਪੁਆਇੰਟ ਯੂਟਿਊਬ ਚੈਨਲ ਜੀ। ਅੱਜ ਅਸੀਂ ਮੌਜੂਦ ਹਾਂ ਜੀ ਜ਼ਿਲ੍ਹਾ ਟੋਬਾ ਟੇਕ ਸਿੰਘ ਦੇ ਮਸ਼ਹੂਰ ਸ਼ਹਿਰ ਤਹਿਸੀਲ ਗੋਜਰਾ ਦੇ ਵਿੱਚ ਜੀ। ਇਤਫਾਕ ਜ਼ਰਈ ਇੰਡਸਟਰੀ ਵੇਟ ਥਰੈਸ਼ਰ ਵਾਲਿਆਂ ਦੇ ਜੀ, ਵੇਟ ਸਰਵਰ ਥਰੈਸ਼ਰ ਵਾਲਿਆਂ ਦੇ ਮੌਜੂਦ ਹਾਂ ਜੀ। ਅਤੇ ਇਹ ਮੁਖਤਲਿਫ ਕਿਸਮ ਦੇ ਜ਼ਰਈ ਇੰਪਲੀਮੈਂਟ ਵਗੈਰਾ ਆਪਣੇ ਬਣਾਉਂਦੇ ਆ ਜੀ, ਜਿਨ੍ਹਾਂ ਦੇ ਵਿੱਚ ਜੀ ਆ ਟਰੈਕਟਰ ਪਲੇਟ ਆ, ਸੀਟ ਵਗੈਰਾ ਔਰ ਹੁੱਕਾਂ ਵਗੈਰਾ ਵਾ ਜੀ, ਔਰ ਰਿਪੇਅਰਿੰਗ ਦਾ ਕੰਮ ਵੀ ਕਰਦੇ ਆ ਜੀ। ਅਤੇ ਆਓ ਜੀ ਆਪਾਂ ਇਨਸ਼ਾਅੱਲਾ ਤਾਲਾ ਤੁਹਾਡੇ ਤੁਹਾਨੂੰ ਇਹਨਾਂ ਦੇ ਮੁਤਲਕ ਮਾਲੂਮਾਤ ਦਿੰਦੇ ਹਾਂ ਜੀ, ਇਹਨਾਂ ਦੇ ਮਾਲਕ ਨਾਲ ਗੱਲਬਾਤ ਕਰਦੀ ਹਾਂ। ਅਸਲਾਮ ਅਲੈਕੁਮ। ਵਾਲੇਕੁਮ ਸਲਾਮ ਭਾਈ, ਕੀ ਨਾਂ ਚ ਆਪਣਾ ਜੀ? ਉਸਮਾਨ ਸਰ। ਉਸਮਾਨ ਸਰ, ਵੇਟ ਥਰੈਸ਼ਰ ਵਾਲੇ? ਸਰਵਰ ਵੇਟ ਥਰੈਸ਼ਰ ਵਾਲੇ ਜੀ। ਅੱਛਾ ਸਰ, ਆਪਣੇ ਕਿਹੜੇ ਕਿਹੜੇ ਔਜ਼ਾਰ ਬਣਾਉਂਦੇ ਆ, ਕਿਹੜੀ ਕਿਹੜੀ ਚੀਜ਼ ਬਣਾਉਂਦੇ ਆ ਜੀ? ਮੇਨ ਔਜ਼ਾਰ ਤੇ ਅਸੀਂ ਕੋਈ ਵੱਡਾ ਔਜ਼ਾਰ ਨਹੀਂ ਬਣਾਈਦਾ, ਲੇਕਿਨ ਅਸੀਂ ਛੋਟੇ ਔਜ਼ਾਰ ਬਣਾਈਦੇ ਆ, ਜਿਹਦੇ 'ਚ ਹੁੱਕਾਂ ਟਰੈਕਟਰ ਦੀ ਸੀਟ ਵਗੈਰਾ ਆ ਗਈ, ਪਲੇਟ ਵਗੈਰਾ ਲਗਾਈ ਦੀ, ਰਿਪੇਅਰਿੰਗ ਕਰੀ ਦੀ ਆ। ਯਾਨੀ ਕਿ ਹੁੱਕਾਂ ਹੁੱਕਾਂ ਵਗੈਰਾ ਪਲੇਟਾਂ ਬਣਾਈਆਂ ਆ ਜੀ। ਠੀਕ ਹੋ ਗਿਆ ਜੀ। ਉਸੇ ਸ਼ਹਿਰ ਚ ਤੁਹਾਡੇ ਸਮਾਨ ਜਾਂਦਾ ਸਰ? ਅੱਛਾ ਜੀ। ਆਹ ਆਪਣੀ ਪਲੇਟ ਆ ਜੀ, ਇਹ ਆਹ ਸਾਡੀ ਪਲੇਟ ਲੱਗੀ ਹੋਈ ਆ, ਮੈਸੀ 240 ਦੀ ਪਲੇਟ ਹੈ ਫਿਲਹਾਲ। ਮੈਸੀ 240 ਦੀ ਪਲੇਟ ਆ ਜੀ। ਇਹਦੇ 'ਚ ਮੁਖਤਲਿਫ ਸਾਈਜ਼ ਆਉਂਦੇ ਆ, ਇੱਥੋਂ ਕਟਿੰਗ ਹੁੰਦੀ ਆ, ਇੱਥੋਂ ਕਟਿੰਗ ਹੁੰਦੀ, ਇੱਥੋਂ ਜਿੱਥੇ ਜਿੱਥੇ ਟੁੱਟੀ ਹੋਵੇ ਕੱਟ ਕੇ ਅਸੀਂ ਨਵੀਂ ਲਗਾ ਦਿੰਦੀ ਆ। ਅੱਛਾ ਅੱਛਾ ਜੀ। ਅੱਛੀ ਤਰ੍ਹਾਂ ਲਗਾਈ ਦੀ ਆ, ਪਤਾ ਨਹੀਂ ਚੱਲਦਾ ਕਿ ਪਲੇਟ ਲੱਗੀ ਹੈ ਕਿ ਨਹੀਂ ਲੱਗੀ ਹੈ। ਯਾਨੀ ਕਿ ਮਜ਼ਬੂਤ ਕਿਸਮ ਦੀ ਬਣਾ ਦਿੰਦੇ ਹਾਂ। ਉਸ ਤੋਂ ਹਟ ਕੇ ਜੀ ਆਪਣੀ ਜੀ ਸੀਟ ਆ ਜੀ, ਆਹ ਤੋਂ ਬਾਅਦ ਡਰਾਈਵਰ ਸੀਟ ਆ ਜਾਂਦੀ ਆ, ਇਹ ਹਰ ਡਰਾਫਟਰ 'ਤੇ ਲੱਗ ਜਾਂਦੀ ਆ। ਅੱਛਾ ਜੀ। ਇਹ ਮੁਖਤਲਿਫ ਸ਼ਹਿਰਾਂ 'ਚ ਸਾਡੀ ਸਭ ਤੋਂ ਜ਼ਿਆਦਾ ਸਿੰਧ 'ਚ ਗਈ ਹੋਈ ਹੈ, ਪਾਕਿਸਤਾਨ ਦੇ ਮਜ਼ਬੂਤ ਸੀਟ ਬਣਾਈ ਹੈ ਅਸੀਂ, ਇਹ ਫੁੱਲ ਲਚਕ ਵਾਲੀ ਸੀਟ ਹੈ, ਕਿਸੇ ਬੰਦੇ ਦੇ ਮੋਹਰੇ ਹਿੱਲੇ ਹੋਣ ਡਰਾਈਵਰ ਦੇ, ਉਹ ਬਹਿ ਕੇ ਚਲਾ ਸਕਦਾ ਹੈ ਅਤੇ ਕੋਈ ਮਸਲਾ ਨਹੀਂ ਬਣੇਗਾ ਉਹਨੂੰ, ਬਿਲਕੁਲ A1 ਚੱਲੇਗਾ। ਯਾਨੀ ਕਿ ਕੋਈ ਕਿਸੇ ਕਿਸਮ ਦੀ ਪ੍ਰੋਬਲਮ ਨਹੀਂ, ਐਡਜਸਟਮੈਂਟ ਬਹੁਤ ਐਡੀ ਜ਼ਿਆਦਾ ਕੀਤੀ ਹੈ। ਉਸ ਤੋਂ ਆਪਣੀਆਂ ਹੁੱਕਾਂ ਜਿਹੜੀਆਂ ਮਸ਼ਹੂਰ ਆ ਜੀ ਉਹ ਦੱਸ ਦਿਓ। ਸਾਡੇ ਕੋਲ ਹੁੱਕਾ ਬਣਿਆ ਪਿਆ ਮੈਸੀ 200, ਮੈਸੀ 385 ਦੀ ਹੁੱਕੇ। ਅੱਛਾ, 385 ਦੀ ਹੁੱਕੇ ਜੀ। ਹਾਂ, 385 ਦੀ ਹੁੱਕੇ। ਅੱਛਾ, ਪਿੰਨਾਂ ਵਾਲੀ ਹੁੱਕੇ? ਪਿੰਨਾਂ ਵਾਲੀ ਹੁੱਕ, ਠੀਕ ਹੋ ਗਿਆ। ਉਹ ਤੋਂ ਬਾਅਦ 240 ਦੀ ਆ ਗਈ ਹੈ, ਅੱਗੇ ਫੀਅਰ ਦੀ ਹੁੱਕ ਆ ਗਈ ਹੈ, ਫਿਰ ਅੱਗੇ ਆ ਮੈਸੀ 240 ਦੀ, 60 ਦੀ, 260 ਦੀ ਹੁੱਕ ਆ ਗਈ ਹੈ। 240 ਦੀ ਹੁੱਕਾਂ ਸਪੇਅਰ ਬਣਾ ਕੇ ਰੱਖੀਆਂ ਹੋਈਆਂ ਸਾਰੀਆਂ ਵਿਕਦੀਆਂ ਹੈ। ਅੱਛਾ ਅੱਛਾ, ਠੀਕ ਹੋ ਗਿਆ। ਅੱਛਾ, ਉਸ ਤੋਂ ਹਟ ਕੇ ਜੀ ਆਪਣਾ ਜੀ ਜ਼ਿਆਦਾਤਰ ਅਸੀਂ ਖਰਾਦ ਦਾ ਕੰਮ ਵੀ ਕਰੀਦਾ। ਖਰਾਦ ਦਾ ਕੰਮ, ਠੀਕ ਹੋ ਗਿਆ। ਅਸੀਂ ਖਰਾਦ ਦਾ ਹਰ ਟੈਕਨੀਕਲ ਕੰਮ ਕਰੀਦਾ, ਜਿਸ ਤਰ੍ਹਾਂ ਦਾ ਮਰਜ਼ੀ ਕੰਮ ਹੋਵੇ ਟੈਕਨੀਕਲ ਕੰਮ ਕਰੀਦਾ ਅਸੀਂ ਖਰਾਦ ਦੇ, ਹਰ ਕਿਸਮ ਦਾ। ਠੀਕ ਹੋ ਗਿਆ। ਅੱਛਾ ਜੀ, ਆਪਣੀਆਂ ਹੁੱਕਾਂ ਦੀਆਂ ਮੁਤਲਕ ਜਿਹੜੇ ਆ, ਮਤਲਬ 385 ਦੀ ਹੁੱਕ ਦਾ ਰੇਟ ਕੀ ਔਰ 260 ਦਾ ਕੀ ਹੈ, 240 ਦਾ ਰੇਟ ਕੀ ਹੈ ਜੀ? 240 ਦੀ ਹੁੱਕ ਜਿਹੜੀ ਇਸ ਟਾਈਮ ਤੁਹਾਨੂੰ ਮਿਲ ਜਾਏਗੀ ਤਕਰੀਬਨ 21,500 ਰੁਪਏ ਦੀ। 21,500 ਜੀ, 240 ਮੈਸੀ ਦੀ? ਹਾਂਜੀ, 240। 385 ਦੀ ਕਿੰਨੇ ਦੀ ਮਿਲੇਗੀ? 385 ਦੀ ਉਹ ਤੁਹਾਨੂੰ ਮਿਲ ਜਾਏਗੀ ਤਕਰੀਬਨ 33,000 ਰੁਪਏ ਦੀ। 33,000 ਰੁਪਏ ਦੀ? ਔਰ 260 ਦੀ? 260 ਦੀ ਤਕਰੀਬਨ 33 ਮਿਲ ਜਾਏਗੀ ਤੁਹਾਨੂੰ, 28 ਦੇ ਰਾਊਂਡ ਤੋਂ। 28 ਦੇ ਰਾਊਂਡ? ਅੱਛਾ। ਆਪਣੀ ਜਿਹੜੀ ਆ ਤੁਸੀਂ ਪਲੇਟਾਂ ਵਗੈਰਾ ਬਣਾਉਂਦੇ ਆ ਮੁਖਤਲਿਫ ਸਾਈਜ਼ ਦੀਆਂ, ਮੁਖਤਲਿਫ ਤਰੀਕੇ ਦੀਆਂ ਜੀ? ਹਾਂਜੀ। ਇਹਨਾਂ ਦੇ ਰੇਟ ਸ਼ੇਟ ਕੀ ਆ ਜੀ? ਇਹ ਮੈਸੀ 240 ਦੀ 8 ਇੰਚੀ ਪੇੜ ਲੱਗਦੀ ਆ, ਜਿਹੜੀ ਉਹ ਪੇੜ ਤੁਸੀਂ ਲਗਾ ਕੇ ਦੇਈ ਦੀ ਆ 3200 ਰੁਪਏ ਦੀ, 8 ਇੰਚ ਦੀ। 8 ਇੰਚ ਦੀ 3200 ਰੁਪਏ ਦੀ? ਮੈਸੀ 240 ਦੀ? ਮੈਸੀ 240। ਜਿਸਾ ਸਾਈਜ਼ ਬੜੀ ਜਾਣਾ ਉਸ ਤਰ੍ਹਾਂ ਉਸ ਦੇ ਪੈਸੇ ਬੜੀ ਆ, ਕੀਮਤਾਂ ਬੜੀ ਜਾਣੀਆਂ। ਅੱਛਾ ਜੀ। ਤੇ ਜਿਹੜੀ ਆਪਣੀ ਸਭ ਤੋਂ ਜ਼ਿਆਦਾ ਮਸ਼ਹੂਰ ਆ ਸੀਟ ਵਗੈਰਾ ਵਾ ਜੀ, ਡਰਾਈਵਰ ਸੀਟ? ਡਰਾਈਵਰ ਸੀਟ ਜਿਹੜੀ ਹੈ ਹਰ ਟਰੈਕਟਰ ਨੂੰ ਜਿਹੜੀ ਲੱਗਦੀ ਆ ਜੀ। ਅੱਛਾ ਜੀ, ਉਹਦਾ ਪ੍ਰਾਈਸ ਦੇ ਮੁਤਲਕ ਸਾਨੂੰ ਥੋੜ੍ਹਾ ਜਿਹਾ ਗਾਈਡ ਕਰ ਦਿਓ ਜੀ। ਇਸ ਟਾਈਮ ਸਿਰਫ ਜਿਹੜੀ ਮਸ਼ੀਨ ਹੈ ਨਾ ਉਹ 4500 ਰੁਪਏ ਦੀ ਮਸ਼ੀਨ ਜਾ ਰਹੀ ਹੈ, ਛਾਬਾ ਬੰਦਾ ਲੈ ਕੇ ਆਉਂਦਾ, ਡਰਾਈਵਰ ਜਾਂ ਮਾਲਕ ਜਿਹੜਾ ਵੀ ਛਾਬਾ ਲਿਆ ਦੇਗਾ ਅਸੀਂ ਫਿਟਿੰਗ ਕਰਕੇ ਦੇਵਾਂਗੇ। ਫਿਟਿੰਗ ਕਰਕੇ ਮੁਕੰਮਲ ਦਿੰਦੇ ਤੁਹਾਨੂੰ ਦੇਵਾਂਗੇ, ਛਾਬਾ ਮਾਲਕ ਦਾ ਹੋਏਗਾ, ਸੀਟ ਦਾ ਜਿਹੜਾ ਮਸ਼ੀਨ ਹੈ ਨਾ ਉਹ 4500 ਰੁਪਏ ਤੁਹਾਨੂੰ ਮਿਲੇਗੀ। ਠੀਕ ਹੋ ਗਿਆ। ਆਹ ਇਹਨਾਂ ਦੀ ਪਲੇਟ ਵਗੈਰਾ ਜੀ, ਔਰ ਆਹ ਸੀਟ ਵਗੈਰਾ ਜੀ। ਕਾਰ ਦਿਖਾਉਂਦੇ ਆ, ਇਹ ਬਈ ਆਰਡਰ ਤੇ ਵੀ ਤੁਸੀਂ ਤਿਆਰ ਕਰਦੇ ਆ ਜੀ? ਜੇ ਅਗਰ ਕਿਸੇ ਨੇ ਆਰਡਰ ਆਨਲਾਈਨ ਦੇਣਾ ਹੋਵੇ ਤੇ ਆਰਡਰ ਦੇ ਸਕਦੇ ਆ? ਆਪਣਾ ਫੋਨ ਨੰਬਰ ਦੇ ਦਿਓ ਜੀ। ਫੋਨ ਨੰਬਰ ਤੇ ਕਾਰਡ ਤੇ ਵੀ ਲਿਖਿਆ ਹੋਇਆ? ਠੀਕ ਹੋ ਗਿਆ ਜੀ। ਤੇ ਫੋਨ ਨੰਬਰ ਤੁਹਾਡੇ ਲਿਖੇ ਹੋਏ ਫੋਨ ਉੱਤੇ ਫੋਨ ਤੇ ਰਾਬਤਾ ਕਰ ਸਕਦੇ? ਚਲੋ ਠੀਕ ਹੋ ਗਿਆ, ਬਹੁਤ ਮਿਹਰਬਾਨੀ, ਸ਼ੁਕਰੀਆ ਜੀ।